ਤੇਰਾ ਮੂੰਹ ਨਹੀਂ ਰੋਜਾ ਦਫਾ ਹੋ ਜਾ ਮੇਰੇ ਲਾਗੋਂ ਔਰ ਮੈਨੂੰ ਨਾ ਬੁਲਾਵੀਂ ਜ਼ਿਆਦਾ ਨਾ ਬੁਲਾਉਣ ਦੀ ਜ਼ਰੂਰਤ ਵਾ ਲੈ ਹੰਦਾ ਸਾ ਮੈਂ ਤੇ ਤੀਲੀ ਮਾਤਾ ਅਲ ਸੁੱਟੀ ਸੀ ਤੇ ਅੱਗ ਸਾਰੇ ਆਪੇ ਘਰ 'ਚ ਖਿਲਰ ਗਈ ਆ ਮਨਾ ਮਾਤਾ ਤੇ ਆਪਣੀਆਂ ਮਾਰਦੀ ਰਹਿੰਦੀ ਆ ਵੀ ਜੇ ਉਹਨੂੰ ਉਧਰੋਂ ਪੈਲੀ ਮਿਲ ਵੀ ਜਾਂਦੀ ਆ ਤੇ ਉਹ ਘਰ ਦੀ ਮਾਰ ਕੇ ਥੋੜ੍ਹੀ ਛੱਡਣ ਲੱਗੀ ਆ ਮੈਨੂੰ ਵੀ ਲੋੜ ਵਿੱਚ ਲੱਤਾਂ ਵਸਾਉਣ ਦੀ ਜਦੋਂ ਘਰ ਦੇ ਹੀ ਹੈਗੇ ਵਿੱਚ ਲੱਤਾਂ ਵਸਾਉਣ ਨੂੰ ਇਹਨਾਂ ਨੂੰ ਵੀ ਥੋੜ੍ਹਾ ਪੰਪ ਦੇ ਦਿਆ ਕਰੂੰਗੀ ਚੱਲ ਮਨਾ ਤੂੰ ਤਾਂ ਜਾ ਕੇ ਦੀਦੀ ਦੇ ਗਲੇਡੂ ਪਹੁੰਚ ਰੱਬ ਨੂੰ ਜਾਣ ਦੇਣੀ ਆ ਦੀਦੀ ਕੀ ਗੱਲ ਹੋਈ ਆ ਰੋਣ ਡੇ ਜੇ ਚੁੱਪ ਕਰੋ ਗੱਲ ਕੀ ਹੋਈ ਗੱਲ ਦੱਸੋ ਮੈਨੂੰ ਦੀਦੀ ਚੁੱਪ ਕਰੋ ਕੀ ਹੋਇਆ ਦੱਸੋ ਮੈਨੂੰ ਗੱਲ ਕੀ ਹੋਣੀ ਦਵਿੰਦਰ ਉਹੀ ਗੱਲ ਬਾਰ ਬਾਰ ਇੱਕੋ ਹੀ ਗੱਲ ਪੈਸੇ ਦੀ ਗੱਲ ਪੈਸੇ ਪੈਸੇ ਪੈਲੀ ਪੈਲੀ ਆ ਉਹ ਕੁਛ ਹੁੰਦਾ ਰਹਿੰਦਾ ਤੂੰ ਆਪ ਸਿਆਣੀ ਆ ਜਿਹੀ ਨਿਕਾ ਜਿਹਾ ਮੁੰਡਾ ਲੈ ਕੇ ਪਾਲਿਆ ਵਾ ਇੰਨੇ ਤੋਂ ਇੱਦਾਂ ਕੀਤਾ ਹੁਣ ਜਵਾਨ ਹੋਇਆ ਤੇ ਹੁਣ ਇਹਨਾਂ ਨੂੰ ਪੈਲੀ ਦੀ ਕਾਹਲੀ ਪੈ ਗਈ ਆ ਹੁਣ ਮੈਂ ਆਪਣੀ ਮਾਂ ਨੂੰ ਕੀ ਕਵਾਂ ਜਾ ਕੇ ਵੀ ਪੈਲੀ ਮੇਰੇ ਨਾਲ ਆ ਦੇ ਮੇਰੀ ਗੱਲ ਸੁਣ ਲਾ ਧਿਆਨ ਨਾਲ ਡਟੀ ਰਹਿ ਪੈਲੀ ਮੰਗਦੇ ਆ ਨਾ ਤੂੰ ਨਹੀਂ ਨਾਲ ਲੈਣਾ ਮੇਰੀ ਗੱਲ ਸੁਣ ਚੱਪਾ ਜਿੰਨਾ ਮੁੰਡਾ ਵਾ ਮੈਨੂੰ ਤੇ ਉਹਦੇ ਮੂੰਹ ਵੱਲ ਵੇਖ ਕੇ ਤਰਸ ਹੀ ਬੜਾ ਆਉਂਦਾ ਵਾ ਜੇ ਤੁਸੀਂ ਪਾਲਿਆ ਵਾ ਇਹ ਲੁੱਟੇ ਇਹਨਾਂ ਕੋਲ ਕਿਹੜੀ ਪੈਲੀ ਹੈਨੀ ਆ ਤੂੰ ਪੈਲੀ ਦਾ ਨਾਂ ਨਹੀਂ ਲੈਣਾ ਜੋ ਮਰਜ਼ੀ ਕਹਿੰਦੇ ਰਹਿਣਾ ਆਪਣੀ ਜਿੱਦ ਤੇ ਅਟੀ ਰਹੀ ਪੈਲੀ ਦੀ ਹਾਂ ਨਾ ਕਰਦੀ ਕਿ ਤੈਨੂੰ ਮੈਂ ਦੱਸਤਾ ਹੀ ਵਾਲੀ ਵੀ ਕਿਹੜੀ ਗੱਲ ਆ ਦੀ ਤੈਨੂੰ ਆਪ ਪਤਾ ਦਵਿੰਦਰ ਵੀ ਮੇਰੇ ਇੱਥੇ ਆਉਣ ਤੋਂ ਬਾਅਦ ਮੰਮੀ ਇਕੱਲੇ ਰਹਿ ਗਏ ਅਸੀਂ ਮਾਸੀ ਦਾ ਤਰਲਾ ਮਾਰਿਆ ਸਾਡੀਆਂ ਕਿੰਨੀਆਂ ਰਿਸ਼ਤੇਦਾਰੀਆਂ ਖਰਾਬ ਹੋਣੀਆਂ ਪਿੰਡ 'ਚ ਮੇਰੀ ਥੂ ਥੂ ਹੋ ਜਾਣੀ ਆ ਕਹਿੰਦਾ ਪਹਿਲਾਂ ਝੋਲੀ 'ਚ ਪਵਾ ਲਿਆ ਤੇ ਹੁਣ ਪੈਲੀ ਲੈ ਗਈ ਆ ਅਸੀਂ ਸਾਰੀ ਉਮਰ ਰਿਸ਼ਤੇਦਾਰਾਂ ਨੂੰ ਮੂੰਹ ਦਿਖਾਉਣ ਜੋਗੀਆਂ ਰਵਾਂਗੀਆਂ ਮਾਵਾਂ ਧੀਆਂ ਕਹਿੰਦਾ ਜਨਾਨੀਆਂ ਹੀ ਜਨਾਨੀਆਂ ਵਾਲੀ ਮਤ ਕਰ ਛੱਡੀ ਚੱਲ ਰੋ ਨਾ ਰੋ ਨਾ ਮੇਰੀ ਭੈਣ ਮੈਂ ਜੇ ਤਰਸ ਆਉਣ ਡਿਆ ਕੱਲ ਦੀਆਂ ਗੱਲਾਂ ਸੁਣ ਕੇ ਵਿੱਚ ਕਲੇਸ਼ ਨਹੀਂ ਤੇ ਮੈਂ ਕਿੰਨੇ ਕੁ ਦਿਨ ਚੁੱਪ ਕੀਤੀ ਰਿਹਾ ਕਰਾਂ ਮੇਰੀ ਗੱਲ ਸੁਣ ਆ ਜੋਬਨ ਵੇਖ ਲਾ ਝਿੜਕਿਆ ਝੰਬਿਆ ਜਿੱਦਾਂ ਮਰਜ਼ੀ ਆ ਮੇਰੇ ਵੱਲ ਦੀ ਗੱਲ ਕਰਦਾ ਭਾਜੀ ਨੂੰ ਤੇ ਹੈ ਹੀ ਨਹੀਂ ਜਮਾ ਵੀ ਮੇਰਾ ਟੱਬਰ ਵਾ ਮੈਂ ਕੀ ਕਰਨ ਡਿਆ ਵਾ ਅਜੇ ਜਿੰਨੇ ਆ ਲੋਕ ਕਹਿੰਦੇ ਆ ਨਾ ਮੈਂ ਤਾਂ ਮੰਮੀ ਨਾਲ ਕਦੇ ਗੱਲ ਹੀ ਨਹੀਂ ਕੀਤੀ ਵੀ ਮੰਮੀ ਟੈਨਸ਼ਨ ਲੈਣਗੇ ਢਿੱਡ 'ਚ ਪਾਈ ਜਾਨੀ ਇਹਨਾਂ ਦੀਆਂ ਢਿੱਡ 'ਚ ਪਾਈ ਜਾਨੀ ਕਿੰਨੀਆਂ ਕੁ ਪਾਈ ਜਾਵਾਂ ਮੈਂ ਅਗਰ ਚੱਲ ਤੂੰ ਟੈਨਸ਼ਨ ਨਾ ਲੈ ਮੇਰੇ ਨਾਲ 200 ਕਰ ਲਿਆ ਕਰ ਮੰਮੀ ਤੇਰੀ ਭੈਣ ਹੀ ਆ ਕਿੰਨੀ ਵਾਰੀ ਇਹਨਾਂ ਨੇ ਮੇਰੇ ਕੋਲ 2 ਲੱਖ ਰੁਪਈਆ ਇੱਕ ਵਾਰੀ ਮੰਗਾਇਆ 50,000 ਇੱਕ ਵਾਰੀ ਮੰਗਾਇਆ ਇੱਕ ਵਾਰੀ ਨਹੀਂ ਕਿਹਾ ਤੇਰੀ ਮੰਮੀ ਕੋ ਪੈਸੇ ਲੈ ਮੋੜਦੇ ਹੋਵੇ ਕਹਿੰਦੇ ਚੱਲ ਕੋਈ ਨਹੀਂ ਤੇਰੇ ਹੀ ਆ ਪਰ ਹੱਕ ਤੇ ਬੰਦਾ ਨਾ ਆ ਮੰਮੀ ਨੇ ਪਹਿਲੀ ਵਾਰੀ 30,000 ਰੁਪਈਆ ਮੰਗਿਆ ਤੇ ਸਾਫ ਮਨਾ ਕਰਤਾ ਤੈਨੂੰ ਵੀ ਪਤਾ ਘਰ 'ਚ ਕਿਹੜੇ ਇੰਨੇ ਪੈਸੇ ਹੁੰਦੇ ਆ ਉਹਨੇ ਦੇ ਹੀ ਦੇਣੇ ਹੀ ਹਫ਼ਤੇ ਤੱਕ ਤੈਨੂੰ ਇਹਨਾਂ ਨਾ ਦੇਤੀ ਵੀ ਹੈਨੀ ਆ ਕਹਿੰਦੇ ਹੈਨੀ ਆ ਕੰਪੈਨ ਵਾਲੇ ਮੰਗਦੇ ਹੀ ਕਿਤੇ ਮੰਡੀਆਂ 'ਚ ਮੰਮੀ ਆਂਦੇ ਮਿਲੇ ਨਹੀਂ ਆ ਮੇਰਾ ਨਾਂ ਨਾ ਲਈ ਕੰਨ ਖੁੱਲ ਕੇ ਗੱਲ ਸੁਣ ਲਾ ਇੱਧਰ ਦੀਦੀ ਸੁਣ ਮੇਰੀ ਗੱਲ ਚੁੱਪ ਕਰ ਪਹਿਲਾਂ ਮੇਰੀ ਗੱਲ ਸੁਣ ਧਿਆਨ ਨਾਲ ਨਾ ਟੈਨਸ਼ਨ ਲੈ ਮੈਂ ਤੇਰੇ ਨਾਲ ਵਾਂ ਇੱਧਰ ਵੇਖ ਅਜੇ ਤੇ ਕੱਲ ਬੀਜੀ ਨੂੰ ਮੈਂ ਪੈਸੇ ਰਾਤ ਦੀ ਵੇਖਿਆ ਟਰੰਕ 'ਚ ਤੇ ਇਹਨਾਂ ਕਿੱਦਾਂ ਜਵਾਬ ਦਿੱਤਾ ਵੀ ਤੈਨੂੰ ਪੈਸੇ ਹੈਨੀ ਆ ਪੈਸੇ ਹੈਗੇ ਆ ਇਹ ਲੁੱਟੇ ਨਹੀਂ ਆ ਸਭ ਕੁਛ ਹੈਗਾ ਇਹਨਾਂ ਨੂੰ ਇਹ ਦੇਣਾ ਨਹੀਂ ਚਾਹੁੰਦੇ ਇਹਨਾਂ ਕਿੱਦਾਂ ਮੰਗ ਲਏ ਤੇਰੀ ਮਾਂ ਕੋ ਉਹੋ ਜਿਹੀ ਛਦੈਣ ਤੂੰ ਵਾ ਲਿਆ ਕੇ ਇਹਨਾਂ ਨੂੰ ਦੇਤੇ ਸਾਡੇ 'ਚ ਤੇ ਇੰਨੇ ਵਾਲ ਨਹੀਂ ਹੈਗੇ ਦਵਿੰਦਰ ਹੋਇਆ ਨੂੰ ਕੀ ਕਰਨਾ ਜਦੋਂ ਮੈਨੂੰ ਸਾਫ਼ ਮਨਾ ਕਰ ਦਿੱਤਾ ਚੱਲ ਚੁੱਪ ਕਰ ਤੇ ਇਹ ਗੱਲ ਤਾਂ ਲੱਗਦਾ ਵਾ ਵੀ ਬੀਜੀ ਵੀ ਨਾਲ ਰਲ ਗਏ ਦੁੱਖ ਸੁੱਖ ਤੇ ਮੈਂ ਬੀਜੀ ਨੇ ਹੀ ਕਰਨਾ ਸੀ ਪਵਾੜੇ ਹੀ ਸਾਰੇ ਬੀਜੀ ਦੇ ਆ ਮੇਰਾ ਨਾਂ ਨਾ ਕਿਤੇ ਲੱਲੀ ਫਿਰ ਮੇਰੇ ਦਿਵਾਲੇ ਹੋਣਗੇ ਨਹੀਂ ਮੈਂ ਨਹੀਂ ਲੈਂਦੀ ਆਹੋ ਮੈਂ ਤਾਂ ਚੁੱਪ ਹੀ ਕੀਤੀ ਰਹਿੰਦੀ ਚੱਲ ਕਦੀ ਨਾ ਕਦੀ ਦਿਨ ਬਦਲਣਗੇ ਬੰਦਾ ਬਦਲਦਾ ਹੀ ਆ ਸਮੇਂ ਦੇ ਨਾਲ ਕਹਿੰਦੇ ਹਰ ਇਨਸਾਨ ਬਦਲਦਾ ਮੈਨੂੰ ਤਾਂ ਇੰਨੇ ਸਾਲ ਹੋ ਗਏ ਇਹਨਾਂ ਦੇ ਮੂੰਹ ਵੱਲ ਵੇਂਦਿਆਂ ਕਿ ਹਾਈ ਮੇਰਾ ਬੰਦਾ ਕਦੀ ਕਦੀ ਤੇ ਐਂ ਲੱਗਦਾ ਕਿ ਮੇਰਾ ਬੰਦਾ ਹੀ ਨਹੀਂ ਹੈ ਜੇ ਤੇਰੀ ਮੰਮੀ ਨੇ ਪੈਸੇ ਲੈਣੇ ਸੀ ਉਹਨੇ ਵਿਚਾਰੀ ਨੇ ਮੋੜ ਹੀ ਦੇਣੇ ਸੀ ਖਾ ਥੋੜੀ ਲੈਣੇ ਸੀ ਇਹਨਾਂ ਉਹਨੇ ਹਫ਼ਤੇ ਤੱਕ ਕਿਹਾ ਸੀ ਸਿਰਫ ਉਹਨੇ ਕੋ ਕਿਹੜਾ ਕੋ ਹੈ ਨਹੀਂ ਹਫ਼ਤੇ ਤੱਕ ਬਥੇਰੇ ਪੈਸੇ ਝੋਨੇ ਦੇ ਚੜ ਜਾਣੇ ਖਾਤੇ ਵਿੱਚ ਬੀਜੀ ਨਾਲ ਨਹੀਂ ਗੱਲ ਕੀਤੀ ਤੂੰ ਮੈਂ ਨਹੀਂ ਕੀਤੀ ਬੀਜੀ ਨਾਲ ਗੱਲ ਇਹਨਾਂ ਮਾਂ ਪੁੱਤਾਂ ਦੀ ਇੱਕ ਹੀ ਗੱਲ ਵਾ ਨਾਲੇ ਮੈਂ ਬੀਜੀ ਨਾਲ ਗੱਲ ਕਰਾਂ ਹੀ ਕਿਉਂ ਜਦੋਂ ਵੀ ਕਣਕ ਝੋਨਾ ਫਸਲ ਆਉਂਦੀ ਆ ਨਾ ਅੱਧੇ ਪੈਸੇ ਤੇ ਇਹ ਮੰਗਾਉਂਦੇ ਮੇਰੇ ਕੋ ਜਦੋਂ ਘਲਾਉਂਦਾ ਮੈਨੂੰ ਇਹ ਲੈਣ ਵਾਸਤੇ ਤੇ ਜਦੋਂ ਅੱਜ ਉੱਥੇ ਲੋੜ ਪਈ ਆ ਤੇ ਮੈਂ ਬੀਜੀ ਕੋ ਮੰਗਾ ਇਹਨਾਂ ਨੂੰ ਕਹੂੰਗੀ ਹਾਏ ਦੀਦੀ ਮੈਨੂੰ ਨਹੀਂ ਇਸ ਗੱਲ ਦਾ ਪਤਾ ਵੀ ਤੇਰੇ ਕੋ ਉਥੋਂ ਪੈਸੇ ਵੀ ਮੰਗਾਉਂਦੇ ਆ ਹਾਏ ਤੂੰ ਤੇ ਬਹੁਤ ਭੋਲੀ ਆ ਕਿਉਂ ਲਿਆ ਲਿਆ ਦਿੰਦੇ ਤੁਸੀਂ ਪੈਸੇ ਇਹਨਾਂ ਨੂੰ ਦਵਿੰਦਰ 6-7 ਪੈਲੀਆਂ ਹੈਗੀਆਂ ਵਾ ਤੈਨੂੰ ਵੀ ਪਤਾ ਵਾ ਮੰਮੀ ਦਾ ਕਿਹੜਾ ਕੋਈ ਖਰਚਾ ਵਾ
ਬਥੇਰੀ ਕਮਾਈ ਹੁੰਦੀ ਆ ਤੇ ਜਦੋਂ ਇਹ ਕਿਤੇ ਮੰਗਦੇ ਆ ਫਿਰ ਪਹਿਲਾਂ ਪਹਿਲਾਂ ਇਹੋ ਹੀ ਹੁੰਦਾ ਸੀ ਵੀ ਕੋਈ ਨੀ ਪੈਲੀ ਮੇਰੀ ਆ ਮੰਮੀ ਨੇ ਵੀ ਕਹਿਣਾ ਲੈ ਜਾ ਮੈਂ ਕੀ ਕਰਨੇ ਤੇਰੇ ਹੀ ਪੈਸੇ ਆ ਜੇ ਲੋੜ ਵਾ ਵਰਤ ਲਾ ਅਸੀਂ ਤਾਂ ਕਦੇ ਇੰਨਾ ਸੋਚਿਆ ਹੀ ਨਹੀਂ ਫਿਰ ਉੱਥੇ ਦੀਆਂ ਗੱਲਾਂ ਤੋਂ ਆਣ ਕੇ ਇਹਨਾਂ ਨੂੰ ਦੱਸਦੀ ਰਹੀ ਆ ਨਾ ਅੱਜ ਉਹ ਤਾਂ ਤੇਰੇ ਕੋਲ ਮੰਗਣ ਡਏ ਸੀ ਆਪਣੇ ਪੇਕਿਆਂ ਦਾ ਜਿੰਨਾ ਵੀ ਪਰਦਾ ਰੱਖਿਆ ਜਾਵੇ ਨਾ ਉਹਨਾਂ ਰੱਖਣਾ ਜ਼ਰੂਰੀ ਆ ਐਵੇਂ ਨਹੀਂ ਸਹੁਰੇ ਰਾਜਵੀਰ ਨੂੰ ਨਾ ਨਾ ਲੈਂਦੇ ਚਲ ਪੈਲੀ ਇੱਥੇ ਹੀ ਆਉਣੀ ਸੀ ਰੱਬ ਨੇ ਜਦੋਂ ਪੈਲੀ ਵਾਲਾ ਦਿੱਤਾ ਹੀ ਨਹੀਂ ਪਰ ਜੇ ਅਸੀਂ ਹੁਣ ਬੂਟਾ ਲਾ ਲਿਆ ਵਾ ਤੇ ਹੁਣ ਤੇ ਅਸੀਂ ਫਿਰ ਸਾਰੇ ਸਾਲ ਬਦਨਾਮੀ ਖੱਟਣ ਵਾਲੀ ਗੱਲ ਆ ਉਹਨਾਂ ਹੱਥੋਂ ਪੁੱਟਣਾ ਥੋੜੀ ਹੁਣ ਜਦੋਂ ਪੁੱਟਣਾ ਉਹਨੂੰ ਜੇ ਤੁਸੀਂ ਬੂਟਾ ਲਾਇਆ ਸੀ ਤੇ ਤੂੰ ਹੁਣ ਰਾਜਵੀਰ ਦੀ ਬਣ ਕੇ ਰਹਿ ਤੈਨੂੰ ਮੈਂ ਦੱਸਤਾ ਹੀ ਉਹ ਤੇਰਾ ਭਰਾ ਵਾ ਮਾਸੀ ਦਾ ਪੁੱਤ ਭਰਾ ਹੀ ਹੁੰਦਾ ਮੰਮੀ ਨੂੰ ਵੀ ਕਹਿਤਾ ਵੀ ਮੈਂ ਇੱਕ ਮਰਲਾ ਪੈਲੀ ਨਹੀਂ ਲਿਆਉਣੀ ਪਰ ਇਹ ਤਾਂ ਜ਼ਿੰਦਗੀ ਜੀਣਿਆ ਜ਼ਿੰਦਗੀ ਕੱਟਣ ਵਾਲੀ ਗੱਲ ਵਾ ਡਟੀ ਰਹਿ ਤੂੰ ਮੈਂ ਤੈਨੂੰ ਦੱਸਤਾ ਹੀ ਸੁਣ ਲਾ ਮੇਰੀ ਗੱਲ ਮੇਰਾ ਨਾਂ ਨਾ ਲਵੀ ਪਰ ਪੈਸੇ ਇਹਨਾਂ ਕੋਲ ਹੈਗੇ ਆ ਕੀ ਕਰਨਾ ਹੈਗਾ ਉਹਨੂੰ ਦਵਿੰਦਰ ਪੈਸਾ ਹੀ ਸਭ ਕੋਲ ਰਹਿ ਗਿਆ ਮੈਂ ਤਾਂ ਜ਼ਿੰਦਗੀ ਕੱਟਣ ਡਈ ਹਾਂ ਜ਼ਿੰਦਗੀ ਜਿਉਣ ਨਹੀਂ ਡਈ ਜ਼ਿੰਦਗੀ ਕੱਟਣ ਤੇ ਜਿਉਣ ਵਿੱਚ ਬੜਾ ਫਰਕ ਹੁੰਦਾ ਮੈਨੂੰ ਤਾਂ ਵੇਖ ਕੇ ਤੇਰੇ ਵੱਲ ਤਰਸ ਹੀ ਬੜਾ ਆਉਂਦਾ ਵਾ ਮੈਂ ਕਰ ਕੁਛ ਨਹੀਂ ਸਕਦੀ ਜੇ ਮੈਂ ਬੋਲੀ ਤੇ ਕਹਿਣਾ ਦੂਜੀ ਵੀ ਇੱਦਾਂ ਦੀ ਆ ਜ਼ਬਾਨਾਂ ਚਲਾਉਂਦੀ ਆ ਸਾਡੇ ਮੈਂ ਤਾਂ ਇਹੋ ਕਹਿੰਦੀ ਪਰਮਾਤਮਾ ਹਰ ਇੱਕ ਭੈਣ ਨੂੰ ਇੱਕ ਵੀਰ ਜ਼ਰੂਰ ਦਈ ਸੱਚਿਆ ਪਾਤਸ਼ਾਹ ਇਸ ਚੀਜ਼ ਤੋਂ ਕਿਸੇ ਨੂੰ ਵਾਂਝਾ ਨਾ ਰੱਖੀ ਨਹੀਂ ਤੇ ਜ਼ਿੰਦਗੀ ਨਰਕ ਵਾ ਭਾਵੇਂ ਕਿਸੇ ਵੀ ਬਹਾਨੇ ਆ ਸੁੱਖ ਕਿੱਥੇ ਆ ਪਤਾ ਨਹੀਂ ਸੁੱਖ ਆਪਣੀ ਸਹੇਲੀ ਵੱਲ ਜਾਂਦੀ ਸਾਰਾ ਸਾਰਾ ਦਿਨ ਉੱਥੇ ਉਹਦੇ ਵੱਲ ਨਹੀਂ ਧਿਆਨ ਰਹਿੰਦਾ ਹੁਣ ਮੇਰੀ ਗੱਲ ਸੁਣੋ ਛੜਕ ਜਾਣਾ ਰਾਹ 'ਚ ਦੋ ਤਿੰਨ ਘਰ ਵਾ ਜਵਾਨ ਹੋਈ ਆ ਮਾਂ ਨੂੰ ਨਹੀਂ ਦੀਦਾ ਅਸੀਂ ਆਖਾਂਗੇ ਤੇ ਬੁਰੀਆਂ ਤੇ ਭਰਾਵਾਂ ਨੂੰ ਨਹੀਂ ਦੀਦਾ ਡਾਂਟਣਾ ਚਾਹੀਦਾ ਕੱਲ ਨੂੰ ਬਗਾਨੇ ਘਰ ਜਾਣਾ ਕਿ ਕੰਮ ਨੂੰ ਹੱਥ ਲਾਵੇ ਕਦੀ ਚੌਂਕੇ 'ਚ ਬੜੀ ਵੇਖਿਆ ਮੈਂ ਤਾਂ ਕਹਿੰਦੀ ਨਹੀਂ ਮੇਰਾ ਤਾਂ ਮਨ ਹੀ ਸੜ ਗਿਆ ਵੀ ਜਿਹਨੂੰ ਕੋਈ ਅਕਲ ਦੀ ਗੱਲ ਕਹਿੰਦੀ ਉਹ ਪੁੱਠਾ ਵਗਦਾ ਗਾੜੀ ਕਹਿਣਾ ਹੀ ਨਹੀਂ ਮੈਂ ਚੱਲ ਕੋਈ ਨਹੀਂ ਟੈਨਸ਼ਨ ਨਾ ਲੈ ਮੈਂ ਤੇਰੇ ਨਾਲ ਹੀ ਹਾਂ ਚੱਲ ਉੱਠ ਕੰਮ ਕਰੀਏ ਜਾ ਪਤਾ ਨਹੀਂ ਇਹ ਜਨਾਨੀ ਦੇ ਸਿਰ ਵਿੱਚ ਕੀ ਧੂੜਿਆ ਉਹਨਾਂ ਨੇ ਮੰਨਦੀ ਨਹੀਂ ਉਹ ਜਦੋਂ ਪੱਥਰ 'ਤੇ ਪਾਣੀ ਪਾਈਦਾ ਦੱਸ ਮੁੰਡੇ ਦੀ ਜਾਇਦਾਦ ਬਣ ਜੂ ਅਤੇ ਕੀ ਉਹ ਮਾੜਾ ਵਾ ਪਾਪਾ ਉਹ ਕੰਬਾਇਨ ਲੱਗੇ ਸੀ ਲਾਗਲੀ ਪੈਲੀ 'ਚ ਤੁਸੀਂ ਇਹਨੂੰ ਕਹਿਣਾ ਸੀ ਸਾਡੇ ਵਾਲੀ ਵੱਢ ਜਾਂਦਾ ਉਹ ਵੱਢ ਜੂਗਾ ਮੈਂ ਕਹਿ ਦੂੰਗਾ ਪਰ ਮੇਰੀ ਗੱਲ ਸੁਣ ਤੂੰ ਵੀ ਆਪਣੀ ਮਾਂ ਵਾਂਗੂ ਨਾ ਕੋਈ ਟੈਨਸ਼ਨ ਨਹੀਂ ਲੈਂਦਾ ਵੀ ਆਪਣੇ ਫਿਊਚਰ ਦੀ ਵੀ ਮੈਂ ਕੀ ਕਰਨਾ ਅਤੇ ਕਿੱਦਾਂ ਅੱਗੇ ਵਧਣਾ ਵਾ ਕਾਹਦੀ ਟੈਨਸ਼ਨ ਪਾਪਾ ਤੈਨੂੰ ਨਹੀਂ ਪਤਾ ਘਰ ਵਿੱਚ ਕੀ ਚੱਲਣ ਡਿਆ ਤੈਨੂੰ ਬਸ ਇੰਨਾ ਹੀ ਆ ਵੀ ਪੱਠੇ ਪਾ ਲਏ ਤੇ ਇੱਧਰ ਉੱਧਰ ਘੁੰਮ ਲਿਆ ਅਤੇ ਬਸ ਯਾਰਾਂ ਦੋਸਤਾਂ ਨਾਲ ਪਾਰਟੀਆਂ ਕਰ ਲਈਆਂ ਉਹ ਇੱਧਰ ਸੁਣ ਕਾਕਾ ਉਹ ਤੇਰੇ ਨਾਨਕਿਆਂ ਦੀ ਜਿਹੜੀ ਜ਼ਮੀਨ ਆ ਨਾ ਉਹ ਤੇਰੀ ਮਾਂ ਦੇ ਨਾਂ ਚੜ੍ਹਨੀ ਆ ਉਹ ਤੇਰੇ ਵਾਸਤੇ ਪੁੱਤ ਸੋਚਣ ਡਿਆ ਵਾਂ ਮੈਂ ਸਾਰਿਆਂ ਤੋਂ ਬੁਰਾ ਬਣਦਾ ਜਾਣ ਡਿਆ ਵਾਂ ਤੂੰ ਵੀ ਕੋਈ ਟੈਨਸ਼ਨ ਲੈ ਲੈ ਦਿਮਾਗ 'ਤੇ ਥੋੜ੍ਹੀ ਬਹੁਤੀ ਆਪਣੀ ਮਾਂ ਨੂੰ ਸਮਝਾ ਉਹ ਕਹਿੰਦੀ ਆ ਵੀ ਇਹ ਜਿਹੜਾ ਉਹ ਤੇਰਾ ਮਾਮਾ ਬਣਾਇਆ ਉਹਨਾਂ ਨੇ ਮੁੰਡਾ ਲੈ ਕੇ ਪਾਲਿਆ ਇਹ ਉਹਦੇ ਨਾਂ 'ਤੇ ਲੱਗਣੀ ਮਰਲਾ ਨਹੀਂ ਲਿਆਉਣੀ ਗੱਲ ਸੁਣ ਉਹ ਤੇਰੇ ਚਾਰ ਸਿਆੜ ਬਣ ਜਾਣਗੇ ਤੈਨੂੰ ਬਾਹਰ ਅੰਦਰ ਧੱਕੇ ਖਾਣ ਦੀ ਕੀ ਜ਼ਰੂਰਤ ਵਾ ਪਰ ਪਾਪਾ ਆਪਣੇ ਕੋਲ ਹੈਗੀ ਤਾਂ ਹੈ ਜ਼ਮੀਨ ਆਪਾਂ ਇੰਨੀ ਲਿਆ ਕੇ ਕੀ ਕਰਨੀ ਆ ਸਾਡੇ ਕੋਲ ਕਿਹੜੀ 50 ਕਿੱਲੇ ਆ ਜਿਹੜੇ ਤੇਰਾ ਵਸੇਬਾ ਹੋ ਜੂਗਾ ਉੱਥੇ ਤਾਂ ਤੈਨੂੰ ਪਹਿਲਾਂ ਜ਼ਮੀਨ ਜਮਾਨ ਉਹ ਲੱਗ ਜੂ ਨਾ ਟਰੈਕਟਰ ਟੁੱਟਰ ਲੈ ਜੂੰਗਾ ਘਰੇ ਵਾਈ ਜੋਤੀ ਕਰ ਧੱਕੇ ਖਾਣ ਦੀ ਜ਼ਰੂਰਤ ਨਹੀਂ ਆ ਬਾਹਰ ਵੀ ਕੁਛ ਨਹੀਂ ਰੱਖਿਆ ਹੁਣ ਪਰ ਨਹੀਂ ਤੈਨੂੰ ਵੀ ਕੋਈ ਟੈਨਸ਼ਨ ਨਹੀਂ ਮਸਤੀ 'ਚ ਘੁੰਮਦਾ ਰਹਿੰਦਾ ਮਾਂ ਤੇਰੀ ਨੂੰ ਤਾਂ ਬਿਲਕੁਲ ਹੀ ਨਹੀਂ ਆ ਉਹ ਗੱਲ ਸੁਣ ਮੈਂ ਕੋਈ ਨਿਹੱਕ ਨਹੀਂ ਕਹਿਣ ਡਿਆ ਕਿਸੇ ਦਾ ਹੱਕ ਮਾਰਨਾ ਉਹ ਹੱਕ ਤੇਰੀ ਮਾਂ ਦਾ ਵਾ ਜੇ ਤੇਰਾ ਮਾਮਾ ਹੁੰਦਾ ਕੋਈ ਤਾਂ ਫਿਰ ਸਾਡਾ ਸਿਰ ਪਾਇਆ ਸੀ ਵੀ ਅਸੀਂ ਜਾਂਦੇ ਤਾਂ ਉਹ ਪੈਲੀ ਦਵਾ ਲੈਂਦੇ ਜਾਂ ਕੋਈ ਹਿੱਸਾ ਮੰਗਦੇ ਕਾਕਾ ਕੋਈ ਟੈਨਸ਼ਨ ਲੈ ਥੋੜ੍ਹੀ ਬਹੁਤੀ ਮਾਂ ਆਪਣੀ ਨੂੰ ਸਮਝਾ ਉਹ ਰਾਜਵੀਰ ਨੂੰ ਅਸੀਂ ਇੱਦਾਂ ਥੋੜ੍ਹੀ ਰਹਿਣ ਦੇਣਾ ਵਾ ਯਾਰ ਉਹਨੂੰ ਘਰ ਦੇਵਾਂਗੇ ਹੋਰ ਪੱਠਿਆਂ ਜੋਗਾ ਥਾਂ ਥੋੜ੍ਹਾ ਛੱਡ ਦਾਂਗੇ ਉਹਨੂੰ ਬਾਕੀ ਉਹਦੇ ਜ਼ਮੀਨ ਉਹਦੇ ਪਿੰਡ ਵੀ ਹੋਊਗੀ ਆਹੋ ਬਾਪਾ ਆਹ ਗੱਲ ਤੁਹਾਡੀ ਸਹੀ ਆ ਜੇ ਬਹੁਤੀ ਗੱਲ ਹੋਏਗੀ ਤਾਂ ਰਾਜਵੀਰ ਨੂੰ ਵੀ ਆਪਾਂ ਇੱਥੇ ਲੈ ਆਵਾਂਗੇ ਉਹ ਇੱਥੇ ਲਿਆਉਣ ਦਿਆ ਫੁੱਫੜਾ ਮੇਰੀ ਗੱਲ ਸੁਣ ਜਿਹੜੀ ਮੈਂ ਤੈਨੂੰ ਗੱਲ ਕਰਨ ਡਿਆ ਵਾਂ ਤੈਨੂੰ ਲੈ ਦੂੰਗਾ ਨਵਾਂ ਟਰੈਕਟਰ ਤੂੰ ਕਰੀ ਐਸ਼ ਪੈਲੀ 'ਤੇ ਲੱਗਦੇ ਮਾਂ ਆਪਣੀ ਨੂੰ ਸਮਝਾ ਤੇਰਾ ਕਹਿਣਾ ਭਾਵੇਂ ਮੰਨ ਜੇ ਉਹਨੂੰ ਕਿਹਾ ਵੀ ਮੇਰੇ ਲੈ ਪੇਟ 'ਚ ਲੱਤ ਕਿਉਂ ਮਾਰਦੀ ਆ ਜੇ ਮਿਲਦੀ ਤਾਂ ਲਿਆਇਆ ਗੱਲ ਤਾਂ ਭਾਪਾ ਤੁਹਾਡੀ ਠੀਕ ਆ ਮੈਂ ਕਰਦਾ ਮੰਮੀ ਨਾਲ ਗੱਲ ਉਹਨੂੰ ਚੰਗੀ ਤਰ੍ਹਾਂ ਮਜਬੂਰ ਕਰੀ ਤਾਂ ਮੰਨਣਾ ਜੇ ਤੂੰ ਨੋਰਮਲ ਕਿਹਾ ਨਾ ਉਹ ਨਹੀਂ ਮੰਨਣ ਵਾਲੀ ਉਹਦੇ ਰਾਤ ਦਿਨ ਉਹਨਾਂ ਦਾ ਗੁਣਗਾਨ ਕਰੀ ਜਾਂਦੀ ਆ ਰਾਜਵੀਰ ਰਾਜਵੀਰ ਨਹੀਂ ਮੰਮੀ ਮੇਰੀ ਗੱਲ ਮੰਨ ਲੈਂਦੇ ਹੁੰਦੇ ਆ ਮੈਂ ਕਹੂੰਗਾ ਵੇਖੋ ਕਿੱਡੀ ਛੇਤੀ ਮੰਨਦੇ ਮੈਂ ਉਹਨੂੰ ਸਮਝਾਉਂਗਾ ਕਿ ਰਾਜਵੀਰ ਨੂੰ ਵੀ ਬਾਅਦ ਇੱਥੇ ਲੈ ਆਵਾਂਗੇ ਜੇ ਤੂੰ ਹਾਂ ਘਰ ਰਾਜਵੀਰ ਦਾ ਹੀ ਆ ਜੇ ਤੂੰ ਹਾਂ ਪੈਲੀ ਕਰਵਾ ਲਏਗਾ ਨਾ ਤੇ ਪੁੱਤਰਾ ਅਗਲੇ ਦਿਨ ਟਰੈਕਟਰ ਤੇਰਾ ਖੜਾ ਵਧੀਆ ਜਿਹੜਾ ਤੂੰ ਕਵੇਂਗਾ ਲਿਆ ਦਾਂਗਾ ਠੀਕ ਆ ਪਾਪਾ ਮੈਂ ਕਰੂੰਗਾ ਮੰਮੀ ਨਾਲ ਗੱਲ ਉਹ ਅਸੀਂ ਤੇਰੇ ਵਾਸਤੇ ਕਰਨ ਡਏ ਆ ਪੁੱਤ ਸਾਡੀ ਕੀ ਸਾਡੀ ਤਾਂ ਨਿਕਲ ਗਈ ਮਾਂ ਪਿਓ
अपने पुत्तां वास्ते खूही जाल कादे वास्ते पाउंदा, क्यों रोलदे फिरदे आ? वो कहिंदा कि मेरा पुत्त मेरे तो तरक्की करे, गांह जावे। ठीक है, कोई माँ बाप अपने बच्चे का माड़ा नहीं सोचता, पर तेरी माँ के कन्न में पता नहीं क्यों नहीं गल पैंदी भी ये सही कह रहा, मैं दुश्मन बन गया यार इन्नी गल कह के। मैनू रिश्तेदार भी गालां कढ़दे होणे आ, ਇਹ ਵੀ ਗੱਲ ਇਹ ਵੀ ਕਹਿੰਦੀ ਰਹਿੰਦੀ ਅੰਦਰੋਂ ਵੀ ਪਤਾ ਨਹੀਂ ਕਿਉਂ ਇੰਨਾ ਦੁਸ਼ਮਣ ਬਣਿਆ। ਉਹ ਗੱਲ ਉਹ ਨਹੀਂ ਆ ਪਾਪਾ, ਮੰਮੀ ਨੂੰ ਰਾਜਵੀਰ ਦੀ ਟੈਨਸ਼ਨ ਆ, ਕੋਈ ਨਹੀਂ ਮੈਂ ਸਮਝਾਉਂਗਾ ਵੀ ਆਪਾਂ ਰਾਜਵੀਰ ਨੂੰ ਘਰ ਦੇ ਦਾਂਗੇ, ਨਾਲੇ ਪੱਠੇ ਪੁੱਠੇ ਜੋਗੀ ਜਗ੍ਹਾ ਛੱਡ ਦਾਂਗੇ। ਹਾਂ ਆਹ ਹੀ ਗੱਲ, ਆਹੋ ਠੀਕ ਹੈ, ਥੋੜਾ ਬਹੁਤਾ ਦਾ ਗੁਜ਼ਰ ਬਸਾਰਾ ਹੋਊਗਾ, ਬਾਕੀ ਆਪਣੀ ਪਿੰਡ ਦੀ ਜ਼ਮੀਨ ਲਿਆਊਗਾ, ਆਪਣੀ ਜਿੱਥੇ ਉਹਦੀ ਹੋਊਗੀ ਮਾਲਕੀ। ਆਹੋ ਉੱਥੇ ਵੀ ਹੈਗੀ ਉਹਨਾਂ ਦੀ ਜ਼ਮੀਨ ਤੇ। ਆਹੋ ਚੱਲ ਹਾਂ ਸਮਝਾ, ਮੇਰਾ ਪੁੱਤ ਤਗੜਾ ਹੋ ਗਿਆ। ਠੀਕ ਹੈ ਬਾਪਾ, ਹੁਣ ਲੱਗੂ ਪਤਾ ਜਦੋਂ ਨਾ ਮੁੰਡਾ ਅੱਗੇ ਬੋਲਿਆ ਨਾ ਫਿਰ ਇਹਨੂੰ ਪਤਾ ਲੱਗੂ ਵੀ ਕਿੱਦਾਂ ਬਣਦੀ ਗੱਲ। ਮੈਂ ਨਾ ਮੁੰਡੇ ਨੂੰ ਭਰਿਆ ਤੇ ਚੰਗਾ, ਹੋਰ ਇਹਨੂੰ ਦਿਨਾਂ ਲਾਲਚ, ਫਿਰ ਗੱਲ ਬਣਨੀ ਆ। ਗੁਰਵਿੰਦਰ ਬਹੁ ਇੱਥੇ ਵੇ, ਕੀਤੀ ਗੱਲ ਕੋਈ ਉਹਨੇ ਆਣ ਕੇ? ਓਏ ਉਹਨੇ ਕੀ ਗੱਲ ਕਰਨੀ ਆ, ਗੱਲ ਤੇ ਮੈਂ ਹੀ ਕੀਤੀ ਪਰ ਉਹਦੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ। ਪਰ ਮੈਨੂੰ ਵੀ ਨਾ ਇੱਕ ਹੁਕਮ ਦਾ ਤਰੁੱਪਾ ਮਿਲ ਗਿਆ ਜੀ, ਹੁਕਮ ਦਾ ਜੱਕਾ। ਮੁੰਡੇ ਨੂੰ ਮੈਂ ਲਿਆਂਦਾ ਅੰਦਰ ਬੁਲਾਇਆ। ਅੱਛਾ, ਮੈਂ ਕੰਜਰਾ ਤੇਰੀ ਜਾਇਦਾਦ ਬਣਨੀ ਆ, ਜੇ ਚਾਰ ਪੈਲੀਆਂ ਹੋਣਗੀਆਂ ਤੈਨੂੰ ਨਵਾਂ ਟਰੈਕਟਰ ਕਢਾ ਕੇ ਦਊਂਗਾ। ਅੱਛਾ, ਆਪਣੀ ਪੈਲੀ ਖੁਦ ਵਾ ਵੀ ਮਜ਼ੇ ਕਰੀ, ਬਾਹਰ ਕਿਸੇ ਧੱਕੇ ਖਾਣ ਜਾਣਾ ਕਰਦਾ ਮਾਂ ਦੇ ਦੁਆਲੇ। ਮੈਂ ਵੀ ਉਹਨੂੰ ਚੰਗਾ ਭਰ ਕੇ ਭੇਜਿਆ ਵਾ, ਠੀਕ ਆ। ਹੁਣ ਮਾਂ ਪੁੱਤ ਲੜਨ ਗਏ ਤੇ ਹੁਣ ਮਾਂ ਤੋਂ ਕਿੱਦਾਂ, ਮਤਲਬ ਪੁੱਤ ਤੋਂ ਕਿੱਦਾਂ ਛਡਾਲੂਗੀ? ਹੁਣ ਮਜ਼ਾ ਆਊਗਾ। ਆਹੋ ਹੁਣ ਵੇਨੇ ਆ, ਮੇਰਾ ਤੇ ਮਨ ਇੰਨਾ ਖੁਸ਼ ਹੋਇਆ ਵੀ ਆ ਜੇ ਤੂੰ ਗੱਲ ਕੀਤੀ ਆ ਨਾ, ਬਹੁਤ ਜ਼ਿਆਦਾ ਸੋਹਣੀ। ਉਹ ਮੈਂ ਤੇ ਸਮਝਾ ਸਮਝਾ ਕੇ ਥੱਕ ਗਿਆ, ਕਹਿੰਦੀ ਮਰਲਾ ਨਹੀਂ ਲਿਆਉਣੀ ਮੈਂ, ਉਹ ਮੇਰਾ ਭਰਾ, ਮੈਂ ਮੁੰਡੇ ਨੂੰ ਸਾਰਾ ਕੁਝ ਪੜ੍ਹਾ ਤਾ। ਮੈਂ ਕਿਹਾ ਉਹਨੂੰ ਘਰ ਦੇ ਦਾਂਗੇ ਰਾਜਵੀਰ ਨੂੰ, ਜਿਹੜਾ ਉਹਨੇ ਭਰਾ ਬਣਾਇਆ ਵਾ। ਆਹੋ, ਤੇ ਨਾਲ ਥੋੜਾ ਬਹੁਤਾ ਪੱਠਿਆਂ ਜੋਗਾ ਥਾਂ ਦੇ ਦਾਂਗੇ, ਦੇ ਦਾਂਗੇ, ਮੰਨ ਜਾਣਾ ਉਹਨੇ, ਇੱਕ ਅੱਧਾ ਕਿੱਲਾ ਦੇ ਦਾਂਗੇ, ਨਾਲੇ ਆਪਣਾ ਖਾਣ ਪੀਣ ਕਰੀ ਜਾਵੇ ਤੇ ਨਾਲੇ ਰਹੀ ਜਾਵੇ ਉੱਥੇ, ਆਪਣੇ ਮਾਲ ਕੀ ਲਿਆਊ ਆਪਣੇ ਪਿਓ ਤੋਂ। ਬਸ ਬਸ, ਅਸੀਂ ਠੇਕਾ ਥੋੜੀ ਲਿਆ ਵਾ। ਤੇ ਮੁੰਡੇ ਨੂੰ ਮੈਂ ਪੂਰਾ ਕਹਿੰਦਾ ਟਰੈਕਟਰ ਲੈ ਜਾਏਗਾ, ਮੈਂ ਕਿਹਾ ਟਰੈਕਟਰ ਨਵਾਂ ਜਿੱਦਣ ਤੂੰ ਕਰਨੇਗਾ ਨਾ ਕੰਮ, ਉਦੋਂ ਟਰੈਕਟਰ ਨਵਾਂ। ਟਰੈਕਟਰ ਦੀ ਕਿਹੜੀ ਗੱਲ ਵਾ, ਟਰੈਕਟਰ ਲੈ ਕੇ ਘਰੇ ਹਾਰ ਦਾਂਗੇ ਵੇਲੀ ਚ। ਆਹੋ ਇਹੋ ਤੇ ਗੱਲ ਵਾ, ਉਹ ਮੈਨੂੰ ਤੇ ਦਿਮਾਗ 'ਚ ਨਹੀਂ ਆਈ ਇਹ ਖੇਡ ਪਹਿਲਾਂ, ਹੁਣ ਜਦੋਂ ਪੁੱਤ ਹੋਊਗਾ ਨਾ ਉਹ ਕਹਿੰਦੇ ਹੁੰਦੇ ਆ ਬਗਾਵਤ ਕਰੂਗਾ, ਪੁੱਤ ਤੂੰ ਵੱਲ ਤੇ ਵਿਹੜਾ ਤੂੰ ਥੱਲ। ਹਾਂ ਉਹ ਵਾਲੀ ਗੱਲ ਹੋ ਗਈ, ਚਲੋ ਦੇਖਦੇ ਹਾਂ ਤੇਲ, ਦੇਖਦੇ ਹਾਂ ਤੇਲ ਦੀ ਧਾਰ ਕੀ ਕਿੱਦਾਂ ਨਿਕਲਦਾ ਹੁਣ। ਮੰਮੀ ਕੀ ਕਰਨ ਡੇ ਜੇ? ਕੁਛ ਨਹੀਂ ਆ, ਕੋਠਿਆਂ ਪਿੱਛੇ ਦਾ ਖਲਾਰਾ ਜਿਹਾ ਬੜਾ ਪਿਆ ਸੀ, ਉਹ ਸਫਾਈ ਕਰਕੇ ਹਟੀ। ਤੇ ਮੈਨੂੰ ਕਹਿਣਾ ਦੇ ਤਾਂ ਮੈਂ ਲਾ ਦੇਣੀ ਆ ਸੈੱਟ ਕਰਕੇ। ਕਿਹਾ ਹੀ ਨਹੀਂ, ਮੇਰੇ ਸਗੋਂ ਹੱਥ ਹੀ ਛਿੱਲਿਆ ਗਿਆ। ਤੇ ਮੰਮੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ। ਦੱਸੋ ਆ ਘਰ 'ਤੇ ਕਿੰਨਾ ਰੌਲਾ ਪਿਆ ਵਾ ਪੈਲੀ ਨੂੰ ਲੈ ਕੇ, ਵੀ ਪੈਲੀ ਲੈ ਕੇ ਆਓ ਵੀ ਹੱਕ ਆ ਸਾਡਾ, ਇੱਥੇ ਆਉਣੀ ਚਾਹੀਦੀ ਆ। ਪਾਪਾ ਵੀ ਕਹਿੰਦੇ ਜਦੋਂ ਮੰਮੀ ਤੇਰੀ ਦਾ ਵਿਆਹ ਹੋਇਆ ਸੀ ਤੇ ਉਹਨਾਂ ਇੰਨੀ ਗੱਲ ਕਹੀ ਸੀ ਵੀ ਪੈਲੀ ਇੱਥੇ ਆਊਗੀ, ਪੈਲੀ ਇਹਨਾਂ ਜੋਗੀ ਆ। ਤੇ ਮੰਮੀ ਆਪਾਂ ਕਿਉਂ ਲੜਾਈ ਪਾਉਣੀ ਆ, ਪੈਲੀ ਇੱਥੇ ਲੈ ਆਈਏ। ਇਹ ਗੱਲ ਮੈਨੂੰ ਪਾਪਾ ਵੀ ਸਮਝਾਉਣ ਡਏ ਸੀ ਕਿ ਪੈਲੀ ਇੱਥੇ ਆਜੂਗੀ ਤੇ ਮੈਨੂੰ ਬਾਹਰ ਜਾਣ ਦੀ ਲੋੜ ਨਹੀਂ। ਗੌਰਵ ਇੰਨੀ ਗੱਲ ਤੂੰ ਕਹਿਣ ਡਿਆ ਵਾ? ਆਹੋ ਮੰਮੀ ਮੈਂ ਹੀ ਕਹਿਣ ਡਿਆ ਵਾ, ਉਹ ਮੈਨੂੰ ਪਤਾ ਵਾ ਤੁਹਾਨੂੰ ਰਾਜਵੀਰ ਦੀ ਫਿਕਰ ਆ, ਮੈਨੂੰ ਵੀ ਹੈਗੀ ਆ। ਇਹ ਗੱਲ ਮੈਂ ਪਾਪਾ ਨੂੰ ਵੀ ਕਹੀ ਸੀ ਵੀ ਫਿਰ ਰਾਜਵੀਰ ਦਾ ਕੀ ਹੋਊਗਾ, ਤੇ ਪਾਪਾ ਨੇ ਬੜੀ ਵਧੀਆ ਗੱਲ ਕੀਤੀ ਆ ਵੀ ਘਰ ਆਪਾਂ ਰਾਜਵੀਰ ਨੂੰ ਦੇ ਦਾਂਗੇ ਤੇ ਅੱਧਾ ਪੌਣਾ ਕਿੱਲਾ ਉਹਨੂੰ ਛੱਡ ਦਾਂਗੇ ਪੱਠਿਆਂ ਪੁੱਠਿਆਂ ਲਈ। ਤੇ ਨਾਲੇ ਮੰਮੀ ਰਾਜਵੀਰ ਦੀ ਪਿੱਛੇ ਵੀ ਜ਼ਮੀਨ ਤੇ ਹੈਗੀ ਆ, ਤੇ ਉਹਨੇ ਇੰਨੀ ਜ਼ਮੀਨ ਕੀ ਕਰਨੀ ਆ, ਜੇ ਬਹੁਤੀ ਗੱਲ ਆ ਤੇ ਆਪਾਂ ਰਾਜਵੀਰ ਨੂੰ ਇੱਥੇ ਲੈ ਆਵਾਂਗੇ। ਮੰਮੀ ਤੈਨੂੰ ਮੇਰੇ ਨਾਲ ਪਿਆਰ ਨਹੀਂ ਆ, ਜੇ ਆਪਣੀ ਇੱਥੇ ਪੈਲੀ ਹੋਊਗੀ ਵੱਧ ਤੇ ਮੈਨੂੰ ਬਾਹਰ ਜਾਣ ਦੀ ਕੀ ਲੋੜ ਆ? ਗੌਰਵ ਗੱਲ ਰਾਜਵੀਰ ਜਾਂ ਜ਼ਮੀਨ ਦੀ ਨਹੀਂ ਆ, ਗੱਲ ਹੱਕ ਦੀ ਆ ਕਿ ਉਹ ਜ਼ਮੀਨ ਦੇ ਉੱਤੇ ਹੱਕ ਕਿਹਦਾ ਵਾ? ਤੇ ਹੱਕ ਹੱਕ ਮੰਮੀ ਢਾਡਾ ਹੀ ਆ, ਜੇ ਰਾਜਵੀਰ ਨਾ ਹੁੰਦਾ ਤੇ ਫਿਰ ਵੀ ਤੇ ਢਾਡੀ ਹੋਣੀ ਸੀ ਪੈਲੀ, ਨਾਲੇ ਸਾਡਾ ਕਿਹੜਾ ਸਗਾ ਮਾਮਾ ਵਾ? ਉਹ ਜੇ ਦੀ ਗੱਲ ਸੀ ਵੀ ਜੇ ਨਾ ਹੁੰਦਾ ਤੇ ਇਸ ਟਾਈਮ ਉਹ ਤੇਰੇ ਤੋਂ ਉੱਚਾ ਹੋਇਆ ਵਾ, ਹੈਗਾ ਵਾ, ਲਿਆਂਦਾ ਵਾ ਉਹਨੂੰ ਬਿਠਾਇਆ ਵਾ। ਤੇ ਮੰਮੀ ਪਿੱਛੇ ਉਹਦੇ ਕੁੱਖ ਨਹੀਂ ਹੈਗਾ, ਪਿੱਛੇ ਵੀ ਉਹਨਾਂ ਕੋਲ ਪੈਲੀ ਹੈਗੀ ਆ। ਗੌਰਵ ਇੰਨੀ ਗੱਲ ਤੂੰ ਕਹਿਣ ਡਿਆ ਵਾ? ਸ਼ਰਮ ਨਹੀਂ ਆਉਂਦੀ ਤੈਨੂੰ ਗੱਲ ਕਰਦੇ ਨੂੰ? ਤੈਨੂੰ ਵੀ ਆਪਣੇ ਟੱਬਰ ਦਾ ਰੰਗ ਚੜ ਗਿਆ? ਹੁਣ ਮੈਂ ਤੇ ਸੋਚਦੀ ਸੀ ਮੇਰਾ ਦੁੱਖ ਸੁੱਖ ਫੋਲਣ ਨੂੰ ਇੱਕ ਹੈਗਾ ਵਾ, ਉਹ ਕਦੀ ਨਾ ਕਦੀ ਮੇਰੀ ਜ਼ਿੰਦਗੀ ਦਾ ਦਿਨ ਜਿਹੜੇ ਉਹ ਬਦਲਣਗੇ, ਪਰ ਤੂੰ ਤੇ ਬਦਲਣ ਤੋਂ ਪਹਿਲਾਂ ਡੋਬ ਦੇਣੇ ਲੱਗਦਾ ਵਾ। ਇੰਨਾ ਲਾਲਚ ਤੇਰੇ ਅੰਦਰ ਕਿੱਦਾਂ ਭਰ ਗਿਆ? ਏਦਾਂ ਦੇ ਸਿੱਖਾਂ ਤੋਂ ਤੈਨੂੰ ਮੈਂ ਕਦੀ ਨਹੀਂ ਦਿੱਤੀ। ਕਾਹਦਾ ਲਾਲਚ ਮੰਮੀ?
सारे अपने पुत्र सोचते ही पापा कि सोचते मेरे बारे उन्हें कहना जमीन खेत से लैके चल जानी है जमीन ते साडी आ ते अहीं जमीन इत्थे लै के आउणी आ ते रही गल राजवीर दी घर दित्ता ना उहनू इन्ना ही बड़ा वा रब्बा मैं गल्लां सुन तो पहला मर क्यों नहीं गई नहीं गौरव तू इदां दा नहीं हो सकदा तू इदां नहीं कर सकदा गौरव तू मेरा वा तू इदां नहीं कर सकदा गौरव तू इदां नहीं बोल सकदा